अस्सलाम वालेकुम जी, क्या हाल चाल है? ठीक ठाक भाई? यार कल मैं वेट कराया तो वेट है गया मेरा 89.75। मतलब कि अगर पंजाबी चाहिए ना तो पौने 90 किलो तो यह फॉर्म कर करना है। कल दिन से दूसरे के कोई चीटिंग नहीं होती, इसलिए उनको मार देते हैं। अस्सलामु अलैकुम सर। सर जी आप ओके है? नवी के नहीं सर, नहीं होगा सर। कैसे हैं आप? जो ठीक है आपकी छुट्टी का टाइम हो गया सर, अपना जहाज का नहीं चला के लगा। अल्लाह हाफिज। अल्लाह चंपा ने कैमरे जी नहीं है ना, नाली डीटर बन गए। ऑफिस पे साडे नूर साहब ने माशाल्लाह बहुत प्यारे दोस्त ने और है तो साडे बॉस ने, लेकिन इन्हें हमेशा साडा नाल रहना ਅੱਜ ਤੋਂ ਬਾਅਦ ਇਹਨਾਂ ਨੂੰ ਰੈਗੂਲਰ ਅਸੀਂ ਲਾਉਣਾ ਕਰਨਾ ਵੀਡੀਓ 'ਚ। ਠੀਕ ਹੈ ਸਾਡੇ ਸਹੀਦ ਭਾਈ, ਸਹੀਦ ਆ ਜਾ ਯਾਰ, ਸਾਰੇ ਕੈਮਰੇ ਵੇਖ ਕੇ ਕੈਮਰਾ ਕੌਂਸਲ ਬਣ ਜਾਂਦੇ ਨੇ। ਇਹ ਸਾਡੇ ਸਹੀਦ ਭਾਈ ਨੇ ਮਾਸ਼ਾਅੱਲਾ ਬਹੁਤ ਪਿਆਰੇ ਭਾਈ ਨੇ, ਬਹੁਤ ਮਿਹਨਤ, ਆਲ ਇਨ ਆਲ ਹੈ, ਆਲ ਇਨ ਵਨ, ਆਲ ਰਾਊਂਡਰ। ਯੈਸ ਅਸਲਾਮ ਅਲੈਕੁਮ। ਕੀ ਹਾਲ ਚਾਲ ਹੈ? ਠੀਕ ਕੀ ਹੋ ਰਿਹਾ ਸਰ? ਐਕਟੀਵਿਟੀਆਂ ਦੇਖਦੇ ਹਾਂ ਅਤੇ ਥੋੜ੍ਹਾ ਇੰਜੋਏ ਕਰਦੇ ਹਾਂ। ਇੱਥੇ ਪਾਰਕ ਹੀ ਚਾਹੁੰਦਾ ਬੜਾ ਫਾਇਦਾ ਹੋਇਆ ਮਾਸ਼ਾਅੱਲਾ। ਇੱਕ ਤਾਈਕਵਾਂਡੋ ਸਰ ਮਿਲੇ ਨੇ, ਉਹਨਾਂ ਦਾ ਨਾਮ ਹੈਗਾ, ਨਾਮ ਕੀ ਸੀ ਯਾਰ, ਨਾਮ ਭੁੱਲ ਗਿਆ ਮੈਂ ਉਹਨਾਂ ਦਾ, ਖਾਲਿਦ ਸਈਦ ਸਾਹਿਬ, ਤਾਈਕਵਾਂਡੋ ਸਪੈਸ਼ਲਿਸਟ ਹੈਗੇ ਨੇ, ਉਹ ਮਿਲੇ ਨੇ ਅਤੇ ਉਹਨਾਂ ਨਾਲ ਬੜੀ ਗੱਪਸ਼ਪ ਹੋਈ ਹੈ ਅਤੇ ਉਹਨਾਂ ਮੈਨੂੰ ਕਿਹਾ ਵੀ ਤੁਸੀਂ ਕਿਉਂ ਨਾ ਮੈਨੂੰ ਤੁਸੀਂ 20 ਦਿਨ ਜੁਆਇਨ ਕਰੋ, ਤੁਸੀਂ 20 ਦਿਨ ਮੈਨੂੰ ਜੁਆਇਨ ਕਰੋ ਅਤੇ ਮੈਂ ਇਨਸ਼ਾਅੱਲਾ ਤੁਹਾਡਾ ਵੇਟ ਰਿਡਿਊਸ ਕਰਨਾ ਵਾ ਅਤੇ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਉਹਨਾਂ ਨੂੰ ਜੁਆਇਨ ਕਰੀਏ ਅਤੇ ਸਾਡਾ ਉਹ ਵੇਟ ਰਿਡਿਊਸ ਕਰ ਦੇਣ ਅਤੇ ਕਿਆ ਬਾਤ ਹੈ। ਲੇਕਿਨ ਆਉਣਾ ਕੰਮ ਹੈਗਾ, ਹੁਣ ਅਸੀਂ ਇੱਥੇ ਆਵਾਂਗੇ ਤਾਂ ਫਿਰ ਹੀ ਕੁਛ ਹੋਏਗਾ, ਜੇ ਨਹੀਂ ਆਉਂਦੇ ਤਾਂ ਫਿਰ ਗੱਲਾਂ ਹੀ ਨੇ ਬਸ। ਅਸੀਂ ਆਏ ਹਾਂ ਇਛਰੇ, ਇਛਰੇ ਦੇ ਸਭ ਤੋਂ ਮਸ਼ਹੂਰ ਗੁਰੂ ਘਰ ਵਾਸਤੇ ਲਾਹੌਰ ਸ਼ਾਹੀ। ਅਸੀਂ ਕਾਫੀ ਫਿਰ ਲਿਆ ਯਾਰ, ਖਾਣਾ ਹੁਣ ਖਾ ਕੇ ਉੱਠੇ ਹਾਂ ਅਤੇ ਹੁਣ ਚੱਲਦੇ ਹਾਂ ਘਰ ਨੂੰ, ਮੈਨੂੰ ਰਾਸ਼ਨ ਘਰ ਛੱਡ ਦੇਗਾ। ਸਾਰੇ ਦਿਨ ਬਾਅਦ ਹੁਣ ਘਰ ਆਇਆ ਅਤੇ ਅੱਜ ਵਲੌਗ ਦਾ ਕੋਈ ਮਜ਼ਾ ਨਹੀਂ ਬਣਿਆ ਮੈਨੂੰ ਪਤਾ ਹੈਗਾ, ਅਤੇ ਅੱਜ ਮੈਂ ਬਹੁਤ ਜ਼ਿਆਦਾ ਥੱਕ ਗਿਆ। ਇਨਸ਼ਾਅੱਲਾ ਕੱਲ੍ਹ ਦਾ ਵਲੌਗ ਬਹੁਤ ਅੱਛਾ ਹੋਏਗਾ ਅਤੇ ਕੱਲ੍ਹ ਤੱਕ ਦਿਓ ਇਜਾਜ਼ਤ। ਅੱਲਾ ਹਾਫਿਜ਼।